ਜਾਂਦਾ ਉਦੋਂ ਅਸੀਂ ਇਕੱਤਰ ਹੁੰਦੇ ਹਾਂ ਪਰ ਚਾਹੀਦਾ ਇਹ ਹੈ ਕਿ ਬੇਸ਼ੱਕ ਭਾਵੇਂ ਮਹੀਨੇ 'ਚ ਇੱਕ ਵਾਰੀ ਜਾਂ ਮਹੀਨੇ 'ਚ ਦੋ ਵਾਰੀ ਕਿਤੇ ਨਾ ਕਿਤੇ ਆਪਾਂ ਇਹੋ ਜਿਹੀ ਇਕੱਤਰਤਾ ਜ਼ਰੂਰ ਰੱਖਿਆ ਕਰੀਏ ਜਿਹਦੇ ਵਿੱਚ ਪੰਥਕ ਵਿਚਾਰ ਹੋਣ ਔਰ ਆਪਣਾ ਆਜ਼ਾਦ ਜਿਹੜਾ ਆਜ਼ਾਦੀ ਦਾ ਸੰਘਰਸ਼ ਲੜਿਆ ਜਾ ਰਿਹਾ ਉਸ ਦੇ ਸੰਬੰਧ ਦੇ ਵਿੱਚ ਵਿਚਾਰਾਂ ਹੋਣ। ਬੇਸ਼ੱਕ ਸਾਡੇ ਮਤ ਭੇਦ ਹੋ ਸਕਦੇ ਆ, ਉਹਨਾਂ ਨੂੰ ਇੱਕ ਪਾਸੇ ਰੱਖ ਕੇ ਜਦੋਂ ਆਜ਼ਾਦੀ ਦੀ ਗੱਲ ਹੁੰਦੀ ਹੈ, ਜਦੋਂ ਪੰਥ ਦੀ ਗੱਲ ਹੁੰਦੀ ਹੈ, ਉੱਥੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰ ਹੋ ਕਰਕੇ ਸਾਰੇ ਜਣਾਂ ਨੇ ਜ਼ਰੂਰ ਬੈਠਿਆ ਕਰੀਏ। ਸੋ ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਕੇ ਗਏ ਹਨ। ਸੋ ਜੋ ਇਹਨਾਂ ਨੇ ਬੇਨਤੀ ਕੀਤੀ ਆ ਕਿ ਆਪਾਂ ਅੰਬੈਸੀ ਦੇ ਮੂਹਰੇ ਕੌਂਸਲੇਟਲੀ ਜਾਣਾ ਚਾਹੀਦਾ, ਉਹਦੇ ਉੱਤੇ ਵੀ ਆਪਾਂ ਵਿਚਾਰ ਕਰਾਂਗੇ। ਮੁੜ ਕੇ ਅਖੀਰ ਦੇ ਵਿੱਚ ਜੋ ਸੰਗਤਾਂ ਦਾ ਫੈਸਲਾ ਹੋਵੇਗਾ ਉਹ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ। ਸੋ ਦੂਸਰੀ ਬੇਨਤੀ ਜੋ ਬਹੁਤ ਅਤਿਅੰਤ ਜ਼ਰੂਰੀ ਹੈ ਕਿ ਆਪਾਂ ਇੱਥੇ ਸਾਰੇ ਜਣੇ ਹੀ ਪੰਥ ਨੂੰ ਪਿਆਰ ਕਰਨ ਵਾਲੇ ਬੈਠੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਆਪਾਂ ਬੈਠੇ ਹਾਂ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਉਹਨਾਂ ਦੇ ਨਾਲ ਜੁੜੇ ਹੋਏ ਹਾਂ। ਬੇਸ਼ੱਕ ਜਿਸ ਤਰ੍ਹਾਂ ਭਾਈ ਵਿਕਰਮਜੀਤ ਸਿੰਘ ਉਹਨਾਂ ਨੇ ਵੀ ਬਚਨ ਕੀਤੇ ਸੀ ਕਿ ਆਪਾਂ ਉਹਨਾਂ ਨੂੰ ਕੋਈ ਮਿਲਿਆ ਨਹੀਂ, ਬਹੁਤ ਤਾਤ ਦੇ ਵਿੱਚ ਆਪਾਂ ਉਹਨਾਂ ਨੂੰ ਮਿਲੇ ਨਹੀਂ, ਪਰ ਫਿਰ ਵੀ ਇੱਕ ਸਾਡਾ ਕਨੈਕਸ਼ਨ ਹੈ ਉਹਨਾਂ ਦੇ ਨਾਲ, ਕਿਉਂਕਿ ਉਹ ਪੰਥ ਦੀਆਂ ਸਵਾਵਾਂ ਕਰ ਰਹੇ ਹਨ, ਪੰਥ ਦੇ ਲਈ ਬੋਲ ਰਹੇ ਹਨ। ਸੋ ਖਾਲਸਾ ਜੀ, ਬੇਨਤੀ ਇਹ ਹੈ ਕਿ ਉਹ ਸਭ ਤੋਂ ਵੱਡਾ ਕਾਰਜ ਕੀ ਕਰ ਰਿਹਾ ਸੀ, ਗੁਰੂ ਦੇ ਲੜ ਲਾ ਰਿਹਾ ਸੀ ਨੌਜਵਾਨੀ ਨੂੰ ਵਿਸ਼ੇਸ਼ ਤੌਰ 'ਤੇ। ਸੋ ਜਿੰਨੀ ਨੌਜਵਾਨੀ ਇੱਥੇ ਬੈਠੀ ਹੈ ਹੁਣ ਗੁਰਦੁਆਰਾ ਸਾਹਿਬ ਵਿਖੇ, ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਹਾਂ। ਸੋ ਵਿਸਾਖੀ ਆ ਰਹੀ ਹੈ ਅਪ੍ਰੈਲ ਦੇ ਵਿੱਚ, ਸੋ ਗੁਰੂ ਚਰਨਾਂ ਦੇ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ, ਜਿੰਨੇ ਵੀ ਨੌਜਵਾਨੀ ਹਜੇ ਵਿਸ਼ੇਸ਼ ਤੌਰ 'ਤੇ ਨੌਜਵਾਨੀ ਚਾਹੀਦਾ ਸਾਨੂੰ ਸਾਰਿਆਂ ਦੇ ਵੀ ਗੁਰੂ ਦੇ ਲੜ ਲੱਗਣਾ, ਪਰ ਵਿਸ਼ੇਸ਼ ਤੌਰ 'ਤੇ ਜਿਹੜੀ ਨੌਜਵਾਨੀ ਆ ਜੋ ਪਤਤ ਪੁਣੇ ਵੱਲੋਂ ਜਾ ਰਹੀ ਹੈ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਆਪਾਂ ਵਿਸਾਖੀ ਦੇ ਉੱਤੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਆਪਾਂ ਗੁਰੂ ਦੇ ਲੜ ਲੱਗੀਏ। ਸੋ ਹੁਣ ਦਸ ਬੇਨਤੀ ਕਰੇਗਾ ਸੁਨੀਲ ਭਾਅ ਜੀ ਨੂੰ ਕਿ ਉਹ ਆ ਕੇ ਆਪਣੇ ਵਿਚਾਰ ਸਾਂਝੇ ਕਰਨ। ਸੋ ਜਦ ਤੱਕ ਉਹ ਸਟੇਜ 'ਤੇ ਪਹੁੰਚਦੇ ਹਨ, ਸੋ ਕੁਝ ਜਿਹੜੇ ਆਪਾਂ ਸ਼ਨੀਵਾਰ ਦਾ ਪ੍ਰੋਗਰਾਮ ਜੋ ਉਲੀਕਿਆ ਉਸ ਦੇ ਲਈ ਕੁਝ ਸਾਈਨ ਬਣਾਉਣੇ ਹਨ, ਜਿੰਨੇ ਕੁ ਸਾਈਨ ਇੱਥੋਂ ਅਸੀਂ ਬਣਾ ਸਕਦੇ ਹਾਂ। ਗੁਰਦੁਆਰਾ ਸਾਹਿਬ ਤੋਂ ਭਾਈ ਮਨਿੰਦਰ ਸਿੰਘ ਜੀ ਬੈਠੇ ਦਸ਼ਮੇਸ਼ ਦਰਬਾਰ ਤੋਂ, ਉਹ ਵੀ ਭਾਈ ਰਣਜੀਤ ਸਿੰਘ ਜੀ ਵੀ ਆ ਰਹੇ ਆ। ਸੋ ਸਾਰੇ ਜਣੇ ਆਪਣਾ ਆਪਣਾ ਫਰਜ਼ ਪਛਾਣਨਗੇ, ਪਰ ਸੰਗਤਾਂ ਦੇ ਵਿੱਚੋਂ ਅਗਰ ਕੋਈ ਵੀ ਸਾਈਨ ਤਿਆਰ ਕਰ ਸਕਦਾ ਜਾਂ ਕੋਈ ਨੌਜਵਾਨ ਇੰਗਲਿਸ਼ ਦੇ ਵਿੱਚ ਕੋਈ ਪੇਪਰ ਪ੍ਰਿੰਟ ਕਰ ਸਕਦਾ ਹੈ ਉਹ ਵੀ ਕਰੇ, ਔਰ ਜਿਹੜਾ ਤੁਹਾਡਾ ਖਰਚਾ ਹੋਵੇਗਾ ਕਿਸੇ ਤਰ੍ਹਾਂ ਦਾ ਵੀ ਉਹ ਆਪਾਂ ਇੱਥੋਂ ਗੁਰੂ ਘਰ ਤੋਂ ਕਰਾਂਗੇ, ਚਾਹੇ ਇੱਥੇ ਗੁਰੂ ਘਰ ਕਰੇ, ਚਾਹੇ ਦਸ਼ਮੇਸ਼ ਦਰਬਾਰ ਵਾਲੇ ਕਰਨ, ਚਾਹੇ ਐਵਸਪੋਰਟ ਵਾਲੇ ਕਰਨ, ਗੁਰੂ ਘਰੋਂ ਸਾਰਾ ਪ੍ਰਿੰਟਿੰਗ ਦਾ ਖਰਚਾ ਜਾਂ ਪੋਸਟਰਾਂ ਦਾ ਖਰਚਾ ਜੋ ਵੀ ਹੋਵੇਗਾ ਉਹ ਸਾਰਾ ਤੁਸੀਂ ਬਿੱਲ ਲਿਆ ਕੇ ਇੱਥੇ ਗੁਰੂ ਘਰ ਦੇ ਸਕਦੇ ਹੋ। ਪਰ ਆਪਣਾ, ਕਿਉਂਕਿ ਹਰੇਕ ਦੇ ਕੋਲ ਆਪਾਂ ਤੁਹਾਨੂੰ ਪਤਾ ਵੀ ਆਪਾਂ ਸਾਰੇ ਜਣੇ ਕਾਰੋਬਾਰਾਂ 'ਚ ਬਿਜ਼ੀ ਹਾਂ, ਹਰੇਕ ਦਾ ਸਮਾਂ ਵੀ ਨਹੀਂ ਕਈ ਵੇਲੇ ਲੱਗਦਾ, ਪਰ ਜਿਹਦੇ ਕੋਲ ਵੀ ਸਮਾਂ ਹੈ ਜਾਂ ਆਪ ਜੀ ਇਹ ਕੰਮ ਕਰ ਸਕਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਿੰਟ ਤਿਆਰ ਕਰਕੇ ਤੁਸੀਂ PDF ਬਣਾ ਕੇ ਸਾਨੂੰ ਇੱਥੇ ਮੇਲ ਕਰ ਦਿਓ, ਗੁਰਦੁਆਰਾ ਸਾਹਿਬ ਮੇਲ ਕਰ ਦਿਓ, ਅਸੀਂ ਆਪੇ ਫਿਰ ਪ੍ਰਿੰਟ ਕਰਾ ਲਵਾਂਗੇ ਉਹਨੂੰ, ਠੀਕ ਹੈ ਜੀ। ਹਾਂਜੀ ਹਾਂਜੀ, ਉਹ ਤੁਹਾਨੂੰ ਈਮੇਲ ਜਿਹੜੀ ਆ ਉਹ ਆਪਾਂ ਗੁਰਦੁਆਰਾ ਸਾਹਿਬ ਦੀ ਲਿਖਾ ਦਿੰਦੇ ਹਾਂ। ਵੈਸੇ ਗੁਰਦੁਆਰਾ ਸਾਹਿਬ ਜਿਹੜੀ ਈਮੇਲ ਹੈਗੀ ਆ ਉਹ ਹੈਗੀ ਆ ਜੀ office@gnsg.ca। ਇਸ ਈਮੇਲ 'ਤੇ ਤੁਸੀਂ ਕਰ ਸਕਦੇ ਹੋ। ਇੱਕ ਵਾਰੀ ਫਿਰ ਆਪਾਂ ਦੁਬਾਰਾ ਫਿਰ ਤੁਹਾਨੂੰ ਰਿਪੀਟ ਕਰ ਦੇਵਾਂਗੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ, ਇਹ ਜਿਹੜੀ ਈਮੇਲ ਹੈ ਜਾਂ ਅਖੀਰ ਦੇ ਵਿੱਚ ਇੱਕ ਵਾਰੀ ਈਮੇਲ ਜਿਹੜੀ ਰਿਪੀਟ ਕੀਤੀ ਜਾਊਗੀ office@gnsg.ca। ਇਹਦੇ ਉੱਤੇ ਤੁਸੀਂ ਜਿਹੜਾ ਕਿਸੇ ਤਰ੍ਹਾਂ ਦੇ ਵੀ PDF ਬਣਾ ਕੇ ਜਾਂ ਕੋਈ ਸਾਈਨ ਬਣਾ ਕੇ ਇੱਥੇ ਸਾਨੂੰ ਭੇਜ ਸਕਦੇ ਹੋ, ਅਸੀਂ ਫਿਰ ਆਪ ਹੀ ਪ੍ਰਿੰਟ ਕਰਾ ਲਵਾਂਗੇ। ਸੋ ਆਓ ਜੀ ਹੁਣ ਭਾਈ ਸੁਨੀਲ ਕੁਮਾਰ ਜੀ ਭਾਅ ਜੀ ਆਪ ਸੰਗਤਾਂ ਦੇ ਨਾਲ ਵਚਨ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸੰਗਤਾਂ ਹੋਰ ਵੀ ਬਾਹਰੋਂ ਪਹੁੰਚ ਰਹੀਆਂ ਹਨ, ਸੋ ਕਿਰਪਾ ਕਰਕੇ ਸਾਰੇ ਜਣੇ ਥੋੜ੍ਹੇ ਥੋੜ੍ਹਾ ਅੱਗੇ ਨੂੰ ਆ ਜਾਓ ਤਾਂ ਕਿ ਜਿਹੜੀ ਆਉਣ ਵਾਲੀ ਸੰਗਤ ਹੈ ਉਹਨਾਂ ਲਈ ਵੀ ਜਿਹੜਾ ਬੈਠਣ ਦਾ ਸਪੇਸ ਬਣ ਜਾਵੇ। ਸੋ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ। ਗੁਰੂ ਘਰ ਵਿੱਚ ਸਜੀ ਬੈਠੀ ਸੰਗਤ ਜੀ, ਗੁਰਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਮਨਦੀਪ ਇੱਕ ਗੱਲ ਕਰਕੇ ਗਿਆ, ਅੱਜ ਮੈਨੂੰ ਲੱਗਦਾ ਕਿ ਇਹਦੇ ਪਿਓ ਨੇ ਅਤੇ ਮੈਂ ਜਿਹੜੇ ਕਾਲਜ ਅਸੀਂ ਇਕੱਠੇ ਪੜ੍ਹੇ ਹਾਂ ਸਾਨੂੰ ਕੁਛ ਫਾਇਦਾ ਹੋਇਆ। ਜਿਹੜੀ ਇਹ ਗੱਲ ਕਰਕੇ ਗਿਆ ਉਹ ਹੈਗੀ ਆ ਰਿਐਕਟਿਵ ਪੋਲੀਟਿਕਸ ਦੀ।
असी खास करके सिख जदों